ਨਾ ਦੇਖ ਲੈ ਆ ਹੁੰਦੀ ਆ ਬਾਲ ਮਾਰਦੀ ਸਾਡੀ ਕੁਛ ਵੀ ਨਹੀਂ ਸੋਚਦੀ ਰੱਬ ਹੀ ਜਾਣਦਾ ਹੁਣ ਕੀ ਹੋਣਾ ਬੈਠੋ ਮੰਮੀ ਹੁਣ ਸਾਰੇ ਨਾ ਆਏ ਨੇ ਬੈਠੇ ਰਹੋ ਪਰ ਫਿਰ ਕੀ ਕਰੀਏ ਹੁਣ ਮੰਮੀ ਤੁਸੀਂ ਬੁਲਾਓ ਨਾ ਬਾਪੂ ਨੂੰ ਹੁਣ ਆਪਸ ਵਿੱਚ ਗੁੱਸੇ ਹੋ ਕੇ ਥੋੜੀ ਬੈਠੇ ਰਹਿਣਾ ਤੁਸੀਂ ਨਹੀਂ ਪੁੱਤ ਮੇਰਾ ਤਾਂ ਕਿਸੇ ਨਾਲ ਗੁੱਸਾ ਨਹੀਂ ਹੁਣ ਬਸ ਮੈਂ ਤਾਂ ਇੱਕੋ ਹੀ ਗੱਲ ਕਹਿੰਦੀ ਹਾਂ ਵੀ ਮੈਨੂੰ ਸਾਰੇ ਮਾਫ ਕਰ ਦਿਓ ਮੇਰੇ ਤੋਂ ਬਹੁਤ ਗਲਤੀਆਂ ਹੋਈਆਂ ਤਾਂ ਫਿਰ ਤਾਂ ਬਹੁਤ ਵਧੀਆ ਗੱਲ ਹੈ ਕੁਲਦੀਪ ਜੇ ਤੂੰ ਆਪਦੀ ਗਲਤੀ ਨੂੰ ਅਹਿਸਾਸ ਕਰ ਲਿਆ ਸ਼ੁਕਰ ਹੈ ਫਿਰ ਆਪਣੇ ਦਿਨ ਫੁਰ ਜਾਣਗੇ ਫਿਰ ਆਪਣਾ ਘਰ ਵਸ ਜੂ ਹੁਣ ਨਾਲੇ ਮਾਂ ਸਾਡਾ ਕਿਹੜਾ ਤੇਰੇ ਨਾਲ ਬੈਰ ਹੈ ਵੀ ਅਸੀਂ ਤਾਂ ਤੇਰੇ ਨਾਲ ਇਹੋ ਜਿਹਾ ਕੁਛ ਕਰਦੇ ਹਾਂ ਪਰ ਤੂੰ ਆਪਦੀਆਂ ਗਲਤੀਆਂ ਤੋਂ ਨਾ ਕਿਨਾਰਾ ਕਰ ਲੈ ਮਾਂ ਸਾਰਾ ਕੁਛ ਆਪ ਹੀ ਠੀਕ ਹੋ ਜੂਗਾ ਓਏ ਸਾਰਾ ਘਰ ਖੁਸ਼ਹਾਲ ਹੋ ਜੂਗਾ ਆਪਾਂ ਚਾਰ ਤਾਂ ਜਣੇ ਆ ਵਧੀਆ ਜੀਵਾਂਗੇ ਸਾਰੀ ਪੁੱਤ ਮੈਂ ਆਪਣੀਆਂ ਗਲਤੀਆਂ ਤੋਂ ਕਿਨਾਰਾ ਕਰ ਲਿਆ ਸਮਝ ਬਸ ਅੱਗੇ ਤੋਂ ਤੁਹਾਨੂੰ ਕੋਈ ਵੀ ਮੈਂ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ ਨਾ ਤੈਨੂੰ ਨਾ ਆਪਣੀ ਧੀ ਨੂੰ ਤੇ ਨਾ ਤੁਹਾਡੇ ਬਾਪੂ ਨੂੰ ਬਸ ਮੈਨੂੰ ਮਾਫ਼ ਕਰ ਦਿਓ ਤੁਸੀਂ ਮੈਂ ਤਾਂ ਆਪਣੀ ਧੀ ਦਾ ਦੇਣ ਨਹੀਂ ਦੇ ਸਕਦੀ ਦੇਖੀ ਮੈਨੂੰ ਉਹ ਬੈਠ ਤੋਂ ਇਹਨੇ ਬਾਹਰ ਕੱਢ ਦਿੱਤਾ ਮੇਰਾ ਤਾਂ ਉੱਥੇ ਦਮ ਘੁੱਟਦਾ ਸੀ ਜੇਲੀਆਂ ਵਾਂਗੂ ਜ਼ਿੰਦਗੀ ਕੱਟਦੀ ਸੀ ਮੈਂ ਉੱਥੇ ਦੋ ਤਿੰਨ ਦਿਨ ਜਿਹੜੇ ਕੱਟੇ ਆ ਮੈਨੂੰ ਪਤਾ ਮੈਂ ਕਿਵੇਂ ਕੱਟੇ ਆ ਬਸ ਮੈਨੂੰ ਮਾਫ਼ ਕਰ ਦਿਓ ਪੁੱਤ ਮੈਂ ਕਦੀ ਵੀ ਤੁਹਾਡੇ ਨਾਲ ਕੋਈ ਬੁਰਾ ਵਿਵਹਾਰ ਨਹੀਂ ਕਰਦੀ ਅੱਜ ਤੋਂ ਬਾਅਦ ਮਾਂ ਅਸੀਂ ਨੇ ਤੈਨੂੰ ਕੀ ਮਾਫ਼ ਕਰਨਾ ਤੂੰ ਤਾਂ ਮਾਫ਼ ਕਰੀਏ ਕਰਾਈ ਆ ਜੇ ਤੂੰ ਸੁਧਰ ਜੇ ਬਾਕੀ ਤੈਨੂੰ ਬੈਠ ਚੋਂ ਬਾਹਰ ਕੱਢਣ ਵਾਲਾ ਫੈਸਲਾ ਇਹ ਲਾਪਰੀ ਦਾ ਹੀ ਹੈ ਤੇ ਇਸੇ ਨੇ ਪੂਰ ਚਾੜਿਆ ਦੇਖ ਨਾ ਮੈਂ ਰਾਜੀ ਤੀ ਨਾ ਬਾਪੂ ਰਾਜੀ ਤੀ ਜੇ ਹੁਣ ਇਹਨੇ ਬਾਹਰੇ ਤੈਨੂੰ ਕੱਢ ਵੀ ਦਿੱਤਾ ਨਾ ਤਾਂ ਇਹਦੀ ਲਾਜ ਰੱਖਦੀ ਐਵੇਂ ਨਾ ਹੋਵੇ ਦੁਬਾਰੇ ਫਿਰ ਉਸੇ ਲੈਣ ਤੇ ਚੜ ਜੇ ਆ ਗਈ ਸਮਝ ਹੁਣ ਉਹਦੀ ਲਾਜ ਰੱਖੀ ਮੇਰੀ ਨੂੰਹ ਦੀ ਹਾਂਜੀ ਆ ਗਈ ਮੈਨੂੰ ਸਮਝ ਇੰਨਾ ਕੁ ਵਿਸ਼ਵਾਸ ਤਾਂ ਮੈਨੂੰ ਹੈਗਾ ਮੰਮੀ ਦੇ ਉੱਪਰ ਆਸਾਂ ਤੇ ਪਾਣੀ ਨਹੀਂ ਫੇਰਦੀ ਨਾਲੇ ਆਪਾਂ ਸਾਰੇ ਹੁਣ ਇਕੱਠੀ ਰੋਟੀ ਖਾਵਾਂਗੇ ਅੱਜ ਚਲੋ ਸ਼ੁਕਰ ਆ ਜਾਓ ਆਪਾਂ ਦੋਵੇਂ ਰੋਟੀ ਪਾ ਕੇ ਲਿਆਉਂਦੇ ਹਾਂ ਠੀਕ ਹੈ ਪੁੱਤ ਚੱਲ ਮੇਰੀ ਧੀ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਧਾਰੀ ਜੇ ਆਪਣਾ ਘਰ ਸੁਧਰ ਗਿਆ ਉਹੀ ਤਾਂ ਗੱਲ ਹੈ ਬਾਪੂ ਦੁਬਾਰੇ ਮੋੜਾ ਪੈ ਜੇ ਆ ਨਿੱਤ ਦਾ ਕਲੇਸ਼ ਹੋ ਰਿਹਾ ਸੀਗਾ ਲੋਕ ਵੀ ਤਮਾਸ਼ਾ ਦੇਖਦੇ ਸੀ ਅੱਜ ਜਣਾ ਖਣਾ ਕਹਿ ਕੇ ਲੰਘਦਾ ਸੀ ਵੀ ਤੁਹਾਡੇ ਘਰ 'ਚ ਤਾਂ ਆਹੀ ਕੁਛ ਰਹੂਗਾ ਹੁਣ ਆਹੀ ਕੁਛ ਰਹੂਗਾ ਕੁਛ ਕਰਨ ਨਹੀਂ ਜੋਗੇ ਦੀ ਨਾ ਕਰਾਉਣ ਜੋਗੇ ਦੀ ਬਸ ਪੁੱਤ ਹੁਣ ਤੂੰ ਠੀਕ ਹੋ ਕੇ ਬੈਠ ਆਪਾਂ ਰੋਟੀ ਖਾਈਏ ਚੱਲ ਮੈਂ ਹੱਥ ਧੋਇਆ ਵਾਂ ਮੈਨੂੰ ਬੈਠਕ ਚੋਂ ਬਾਹਰ ਕੱਢਿਆ ਤੂੰ ਕੌਣ ਹੁੰਦੀ ਹੈ ਮੈਨੂੰ ਬੈਠਕ ਚੋਂ ਬਾਹਰ ਕੱਢਣ ਵਾਲੀ ਘਰ ਮੇਰਾ ਪਰਿਵਾਰ ਮੇਰਾ ਚੱਲ ਮੰਨ ਲੈਂਦੇ ਹਾਂ ਲਵਪ੍ਰੀਤ ਕਿ ਤੂੰ ਮੈਨੂੰ ਬੈਠਕ ਚੋਂ ਬਾਹਰ ਕੱਢਿਆ ਅਤੇ ਮੈਂ ਦੁਨੀਆ ਤੋਂ ਬਾਹਰ ਕੱਢ ਦੂੰ ਦੇਖ ਦੁਨੀਆ ਤੋਂ ਬਾਹਰ ਮੇਰਾ ਪਰਿਵਾਰ ਮੇਰੇ ਤੋਂ ਖੋਹ ਲਿਆ ਮੇਰਾ ਭਾਈ ਮੇਰੇ ਤੋਂ ਖੋਹ ਲਿਆ ਮੇਰੀ ਜ਼ਮੀਨ ਮੇਰੇ ਤੋਂ ਖੋਹ ਲਈ ਅਤੇ ਮੈਨੂੰ ਨਰਕ ਭਰੀ ਜ਼ਿੰਦਗੀ ਜਿਉਣ ਲਈ ਤੂੰ ਮਜਬੂਰ ਕਰਤਾ ਇੰਨੀ ਛੇਤੀ ਮੈਂ ਕੁਲਦੀਪ ਕੌਰ ਹਾਰ ਮੰਨਣ ਵਾਲੀ ਨਹੀਂ ਮੇਰਾ ਨਾਂ ਪਤਾ ਕੀ ਹੈ ਕੁਲਦੀਪ ਦੁਸਾਂਝ ਲਵਪ੍ਰੀਤ ਹਾਂਜੀ ਮੰਮੀ ਆਹ ਲੈ ਤੈਨੂੰ ਖੰਘ ਹੋਈ ਆ ਨਾ ਮੈਂ ਤੇਰੇ ਵਾਸਤੇ ਸੌਂਫ ਜਵੈਣ ਵਾਲਾ ਦੁੱਧ ਤਿਆਰ ਕੀਤਾ ਲੈ ਪੀ ਲੈ ਪੁੱਤ ਤੇਰੀ ਖੰਘ ਹਟ ਜੂਗੀ ਦਿਨ 'ਚ ਦੁੱਧ ਮੰਮੀ ਰਾਤ ਨੂੰ ਪੀ ਲੂੰਗੀ ਰਾਤ ਨੂੰ ਵੀ ਪੀ ਲਈ ਪੁੱਤ ਲੈ ਹੁਣ ਵੀ ਪੀ ਲੈ ਥੋੜਾ ਜਿਹਾ ਅਸਰ ਹੋ ਜੂਗਾ ਇਹਦਾ ਸੌਂਫ ਜਵੈਣ ਅਦਰਕ ਮੈਂ ਸਾਰਾ ਕੁਛ ਪਾਇਆ ਪੁੱਤ ਪੀ ਲੈ ਮੇਰੀ ਧੀ ਇਹ ਤਾਂ ਦੁੱਧ ਹੈ ਮੰਮੀ ਜੇ ਇੰਨੇ ਪਿਆਰ ਨਾਲ ਤੁਸੀਂ ਮੈਨੂੰ ਜ਼ਹਿਰ ਵੀ ਪਿਆਉਂਦੇ ਨਾ ਮੈਂ ਉਹ ਵੀ ਹੱਸ ਕੇ ਪੀ ਲੈਂਦੀ ਦੁਨੀਆ ਤੋਂ ਬਾਹਰ ਕੱਢ ਦੂੰ
ਦੇ ਦੁਨੀਆ ਤੋਂ ਬਾਹਰ ਸੱਪ ਨੂੰ ਭਾਵੇਂ ਜਿੰਨਾ ਮਰਜ਼ੀ ਦੁੱਧ ਪਿਆ ਦੀਏ ਪਰ ਇੱਕ ਨਾ ਇੱਕ ਦਿਨ ਤਾਂ ਉਹ ਆਪਦੀ ਔਕਾਤ ਦਿਖਾਈ ਦਿੰਦਾ ਡੰਗ ਮਾਰ ਕੇ ਮੈਂ ਵੀ ਤੇਰੀ ਪਰਖੀ ਕਰਦੀ ਸੀ ਮੰਮੀ ਪਰ ਤੇਰੇ ਦਿਲ ਵਿੱਚ ਮੇਰੇ ਵਾਸਤੇ ਕੋਈ ਵੀ ਜਗ੍ਹਾ ਨਹੀਂ ਅੱਜ ਮੈਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਜ਼ਹਿਰ ਪੀ ਲੈਂਦੀ ਹਾਂ ਜਦੋਂ ਮਾਂ ਪਿਆਰ ਨਾਲ ਆਪਦੀ ਧੀ ਨੂੰ ਜ਼ਹਿਰ ਪਾ ਕੇ ਦਊਗੀ ਤਾਂ ਧੀ ਜ਼ਹਿਰ ਵੀ ਕਿਉਂ ਨਾ ਪੀ ਲੂਗੀ ਕਿਉਂਕਿ ਉਹ ਆਪਣੀ ਮਾਂ ਨੂੰ ਪਿਆਰ ਹੀ ਇੰਨਾ ਕਰਦੀ ਹੁੰਦੀ ਹੈ ਵੈਸੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਹਾਨੂੰ ਮੇਰੀ ਖੰਘ ਦੇ ਨਹੀਂ ਫਿਕਰ ਹੋਈ ਹੈ ਮੰਮੀ ਆ ਕੀ ਕੀਤਾ ਤੁਸੀਂ ਆ ਸੌਫ ਜਵੈਣ ਵਾਲਾ ਦੁੱਧ ਕਾਹ ਤੋਂ ਡਲਵਾਤਾ ਇਹਦੇ ਵਿੱਚ ਸੱਚੀ ਜ਼ਹਿਰ ਸੀ ਇਹਦੇ ਵਿੱਚ ਸੱਚੀ ਜ਼ਹਿਰ ਸੀ ਲਵਪ੍ਰੀਤ ਮੈਨੂੰ ਮਾਫ ਕਰ ਦੇ ਇਸ ਗੱਲ ਦਾ ਤਾਂ ਮੈਨੂੰ ਵੀ ਪਤਾ ਮੰਮੀ ਵੀ ਦੁੱਧ ਦੇ ਵਿੱਚ ਸੱਚੀ ਜ਼ਹਿਰ ਸੀ ਤੁਸੀਂ ਇੰਨੇ ਪਿਆਰ ਨਾਲ ਫੜਾ ਰਹੇ ਸੀ ਤਾਂ ਮੈਨੂੰ ਪੀ ਲੈਣ ਦਿੰਦੇ ਨਾ ਨਹੀਂ ਨਹੀਂ ਤੁਹਾਡਾ ਕੀ ਮਤਲਬ ਕੀ ਸੀ ਤੁਹਾਡਾ ਜ਼ਹਿਰ ਪਾਉਣ ਦਾ ਵੀ ਮੈਂ ਮਰ ਜਾ ਨਹੀਂ ਮੈਨੂੰ ਇਹੀ ਸੀ ਨਾ ਨਹੀਂ ਮੈਨੂੰ ਤੁਸੀਂ ਦੁਬਾਰੇ ਜ਼ਹਿਰ ਪਾ ਕੇ ਲੈ ਕੇ ਆਓ ਦੁੱਧ ਤੇ ਮੈਂ ਪੀਣੀ ਆ ਮਾਫ ਕਰ ਦੇ ਲਵਪ੍ਰੀਤ ਮੈਨੂੰ ਮਾਫ ਕਰ ਦੇ ਮੇਰੀਆਂ ਅੱਖਾਂ ਖੁੱਲ ਗਈਆਂ ਮੈਨੂੰ ਮਾਫ ਕਰ ਦੇ ਮੰਮੀ ਤੁਹਾਡੀਆਂ ਅੱਖਾਂ ਤਾਂ ਸ਼ਾਇਦ ਜਮਾਂਦਰੋਂ ਹੀ ਬੰਦ ਨੇ ਇਹ ਸਾਰੀ ਉਮਰ ਨਹੀਂ ਖੁੱਲਦੀਆਂ ਨਹੀਂ ਮੈਂ ਐਡਾ ਵੱਡਾ ਮੌਕਾ ਦਿੱਤਾ ਮੈਂ ਆਪਦੇ ਘਰ ਵਾਲੀ ਦੀ ਗੱਲ ਨਹੀਂ ਮੰਨੀ ਆਪਦੇ ਪਿਓ ਦੇ ਸਮਾਨ ਸਹੁਰੇ ਦੀ ਗੱਲ ਨਹੀਂ ਮੰਨੀ ਤੁਹਾਨੂੰ ਬੈਠਕ ਚੋਂ ਬਾਹਰ ਇਸ ਵਿਹੜੇ ਦੇ ਵਿੱਚ ਬਿਠਾਇਆ ਤੇ ਤੁਸੀਂ ਜ਼ਹਿਰ ਘੋਲ ਕੇ ਦੁੱਧ ਮੈਨੂੰ ਪਿਉਣ ਵਾਸਤੇ ਆ ਰਹੇ ਹੋ ਲਵਪ੍ਰੀਤ ਤੂੰ ਮੈਨੂੰ ਜ਼ਹਿਰ ਘੋਲ ਦੀ ਦੁੱਧ ਵਿੱਚ ਦੇਖ ਲਿਆ ਸੀ ਤੇ ਤੂੰ ਫੇਰ ਵੀ ਦੁੱਧ ਪੀਣ ਲੱਗੀ ਸੀ ਮੰਮੀ ਮਾਫ ਉਹਨੂੰ ਕੀਤਾ ਜਾਂਦਾ ਹੁੰਦਾ ਜਿਹੜਾ ਬੰਦਾ ਗਲਤੀ ਕਰਦਾ ਹੁੰਦਾ ਇਹ ਗਲਤੀ ਨਹੀਂ ਇਹ ਫਿਤਰਤ ਹੈ ਤੁਹਾਡੀ ਇਹ ਤੁਹਾਡੀਆਂ ਆਦਤਾਂ ਨੇ ਗਲਤੀ ਨੂੰ ਸੁਧਾਰਿਆ ਜਾ ਸਕਦਾ ਆਦਤਾਂ ਨੂੰ ਕਦੇ ਨਹੀਂ ਸੁਧਾਰਿਆ ਜਾ ਸਕਦਾ ਨਹੀਂ ਲੱਗਦਾ ਦੇਖਤੀ ਹੈ ਤੇ ਪੈਰ ਵਰਗੀ ਵੀ ਨਹੀਂ ਨੂੰ ਮਾਫ ਕਰ ਦੇ ਇਹਦਾ ਮਤਲਬ ਇਹਨੂੰ ਤਾਂ ਇਸ ਘਰ ਦੇ ਵਿੱਚ ਬਹੁਤ ਖਤਰਾ ਫਿਰ ਮੰਮੀ ਨਹੀਂ ਨਹੀਂ ਤੁਸੀਂ ਤਾਂ ਕਿਸੇ ਟਾਈਮ ਵੀ ਮੈਨੂੰ ਜ਼ਹਿਰ ਪਿਆ ਸਕਦੇ ਹੋ ਜ਼ਹਿਰ ਖਵਾ ਸਕਦੇ ਹੋ ਨਹੀਂ 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 ਤੇਰੀ ਤਾਂ ਕੋਈ ਹਵਾ ਵੱਲ ਵੀ ਨਹੀਂ ਦੇਖ ਸਕਦਾ ਜੇ ਮੇਰੇ ਦਿਲ ਵਿੱਚ ਇੰਨਾ ਹੀ ਪਾਪ ਹੁੰਦਾ ਤਾਂ ਮੈਂ ਤੈਨੂੰ ਦੁੱਧ ਪੀਣ ਦੇ ਦਿੰਦੀ ਜੇ ਮੇਰੇ ਵਿੱਚ ਇਨਸਾਨੀਅਤ ਨਾ ਹੁੰਦੀ ਨਾ ਮੈਂ ਤੈਨੂੰ ਦੁੱਧ ਪੀਣ ਦੇ ਦਿੰਦੀ ਜੇ ਮੇਰਾ ਤੇਰੇ ਨਾਲ ਪਿਆਰ ਨਾ ਹੁੰਦਾ ਮੈਂ ਤੈਨੂੰ ਦੁੱਧ ਪੀਣ ਦੇ ਦਿੰਦੀ ਜੇ ਮੈਨੂੰ ਤੇਰਾ ਫਿਕਰ ਨਾ ਹੁੰਦਾ ਤਾਂ ਮੈਂ ਤੈਨੂੰ ਦੁੱਧ ਪੀਣ ਦੇ ਦਿੰਦੀ ਮੇਰੀਆਂ ਅੱਖਾਂ 'ਤੇ ਪਰਦਾ ਪੈ ਗਿਆ ਸੀ ਲਾਲਚ ਦਾ ਪਰਦਾ ਪੈ ਗਿਆ ਮੇਰੀਆਂ ਅੱਖਾਂ 'ਤੇ ਜ਼ਮੀਨ ਦਾ ਲਾਲਚ ਰਿਸ਼ਤਿਆਂ ਦਾ ਲਾਲਚ ਮੈਨੂੰ ਇਹ ਪਤਾ ਪਤਾ ਕਿ ਰਿਸ਼ਤੇ ਪਿਆਰ ਨਾਲ ਨਿਭਦੇ ਨੇ ਮੈਂ ਦੁੱਧਾਂ ਵਿੱਚ ਜ਼ਹਿਰ ਪਾ ਪਾ ਕੇ ਨਹੀਂ ਮੈਂ ਭੁੱਲ ਗਈ ਸੀ ਕਿ ਰਿਸ਼ਤੇ ਵਿਛਾਉਣ ਲਈ ਪਿਆਰ ਜ਼ਰੂਰੀ ਹੈ ਨਫ਼ਰਤ ਨਹੀਂ ਦੁੱਖ ਇਸ ਗੱਲ ਦਾ ਨਹੀਂ ਹੈਗਾ ਵੀ ਤੁਸੀਂ ਦੁੱਧ ਦੇ ਵਿੱਚ ਜ਼ਹਿਰ ਪਾ ਕੇ ਲਏ ਸੀ ਦੁੱਖ ਤਾਂ ਮੈਨੂੰ ਇਸ ਗੱਲ ਦਾ ਵੀ ਤੁਸੀਂ ਲੋਕਾਂ ਦੀ ਕਹਾਵਤ ਸੱਚ ਕਰਤੀ ਸੱਸ ਕਦੇ ਵੀ ਮਾਂ ਨਹੀਂ ਬਣ ਸਕਦੀ ਨਾ ਮੇਰੀ ਧੀ ਮੈਨੂੰ ਮਾਫ ਕਰ ਦੇ ਮੇਰੀ ਧੀ ਮੈਨੂੰ ਮਾਫ ਕਰ ਦੇ ਕੋਈ ਗੱਲ ਨਹੀਂ ਮੰਮੀ ਮੈਂ ਤਾਂ ਤੁਹਾਨੂੰ ਵੈਸੇ ਵੀ ਕਦੇ ਮਾੜਾ ਚੰਗਾ ਬੋਲਿਆ ਹੀ ਨਹੀਂ ਸ਼ੁਰੂ ਤੋਂ ਮਾਫ ਹੀ ਕੀਤਾ ਤੇ ਨਾ ਕਦੇ ਮੈਂ ਮਨ 'ਚ ਤੁਹਾਡੇ ਵਾਂਗੂ ਪਾਪ ਰੱਖਿਆ ਤੂੰ ਇਹ ਗਲਤਾਰੀ ਤੇ ਆਪਣੇ ਬਾਪੂ ਨੂੰ ਨਾ ਦੱਸੀ ਉਹਨੇ ਮੈਨੂੰ ਫੇਰ ਬੈਠਕ ਵਿੱਚ ਬਾੜ ਦੇਣਾ ਮੇਰੀ ਇਹ ਆਖਰੀ ਗਲਤੀ ਹੈ ਆਖਰੀ ਤੂੰ ਮੈਨੂੰ ਜਿੱਥੇ ਮਰਜ਼ੀ ਪਰਖ ਲਈ ਮੇਰੀ ਜਾਨ ਮੰਗ ਲਈ ਮੈਂ ਜਾਨ ਵੀ ਦੇਣ ਨੂੰ ਤਿਆਰ ਹਾਂ ਮੰਮੀ ਮੈਨੂੰ ਕੀ ਲੋੜ ਹੈ ਤੁਹਾਨੂੰ ਪਰਖਣ ਦੀ ਮੈਂ ਤੁਹਾਨੂੰ ਕਦੇ ਨਹੀਂ ਪਰਖਦੀ ਪਰ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹੂੰਗੀ ਵੀ ਤੁਸੀਂ ਹਮੇਸ਼ਾ ਵਾਸਤੇ ਜਦੋਂ ਤੱਕ ਮੈਂ ਜਿਉਂਦੀ ਰਹੂੰਗੀ ਉਦੋਂ ਤੱਕ ਵਾਸਤੇ ਵਿਸ਼ਵਾਸ ਖੋ ਲਿਆ ਆਪਣਾ ਹਾਏ ਰੱਬਾ ਇੰਨੀ ਚੰਗੀ ਮੇਰੀ ਨੂੰ ਮੇਰੀ ਅੱਖ 'ਤੇ ਕਿਉਂ ਪਰਦਾ ਪੈ ਜਾਂਦਾ ਹਰ ਵਾਰ ਕਿਉਂ ਲਾਲਚ ਦੀ ਪੱਟੀ ਮੇਰੇ ਅੱਖਾਂ 'ਤੇ ਮਾਲਕਾ ਤੂੰ ਬੰਨ ਦਿੰਦਾ ਮੈਨੂੰ ਸੋਝੀ ਦੇ ਮੈਨੂੰ ਬੁੱਧੀ ਦੇ ਮੈਂ ਆਪਣੇ ਪਰਿਵਾਰ ਵਿੱਚ ਚੰਗੀ ਤਰ੍ਹਾਂ ਵੱਸ ਸਕਾਂ ਆਪਣੇ ਪਰਿਵਾਰ ਨੂੰ ਪਰਿਵਾਰ ਸਮਝਾਂ ਮੇਰੇ ਦਿਮਾਗ 'ਚ ਕਿਉਂ ਨਹੀਂ ਇਹ ਗੱਲ ਪੈਂਦੀ ਵੀ ਨੋਹਾਂ ਵੀ ਤਾਂ ਧੀਆਂ ਹੀ ਹੁੰਦੀਆਂ ਨੇ
ਨੋਹਾਂ ਵੀ ਤੱਤੀਆਂ ਹੁੰਦੀਆਂ ਨੇ। ਲਵਪ੍ਰੀਤ ਨੂੰ ਸਭ ਪਤਾ ਸੀ ਕਿ ਦੁੱਧ ਵਿੱਚ ਜ਼ਹਿਰ ਹੈ। ਲਵਪ੍ਰੀਤ ਤਾਂ ਵੀ ਦੁੱਧ ਪੀਣ ਲੱਗੀ ਸੀ। ਉਹਨੇ ਇੰਨਾ ਵਿਸ਼ਵਾਸ ਕੀਤਾ ਮੇਰੇ 'ਤੇ ਅਤੇ ਮੈਂ ਵਾਕਈ ਇੱਕ ਚੰਗੀ ਮਾਂ ਤਾਂ ਕੀ ਬਣਨਾ, ਮੈਂ ਚੰਗੀ ਸੱਸ ਵੀ ਨਹੀਂ ਬਣ ਸਕੀ। ਚੰਗੀ ਸੱਸ ਤਾਂ ਕੀ, ਮੈਂ ਚੰਗੀ ਇਨਸਾਨ ਵੀ ਨਹੀਂ ਬਣ ਸਕੀ। ਹਾਏ ਰੱਬਾ, ਮੇਰੀਆਂ ਭੁੱਲਾਂ ਬਖਸ਼ ਦੇ ਤੂੰ। ਲਵਪ੍ਰੀਤ, ਲਵਪ੍ਰੀਤ ਤੂੰ ਇਨਸਾਨ ਨਹੀਂ, ਤੂੰ ਤਾਂ ਸੱਚੀ ਰੱਬ ਦਾ ਭੇਜਿਆ ਹੋਇਆ ਕੋਈ ਫਰਿਸ਼ਤਾ, ਜਿਹੜਾ ਮੇਰੀਆਂ ਇੰਨੀਆਂ ਗਲਤੀਆਂ 'ਤੇ ਪਰਦੀ ਪਾਈ ਜਾਂਦੀ ਹੈ। ਲਵਪ੍ਰੀਤ ਧੀਏ, ਮੈਨੂੰ ਮਾਫ਼ ਕਰ ਦੇ। ਦੁਨੀਆਂ ਤੋਂ ਬਾਹਰ ਕੱਢ ਦੇਖ ਲਓ, ਜਦੋਂ ਮਾੜੀ ਜਿਹੀ ਧੁੱਪ ਨਿਕਲਦੀ ਹੈ ਆਪਾਂ ਉਹਦੀ ਬਾਹਰ ਨੂੰ ਭੱਜਦੇ ਹਾਂ। ਆਪਾਂ ਤਾਂ ਜੀ ਬਾਹਰ ਨੂੰ ਭੱਜਦੇ ਹਾਂ, ਗੁਰੂਆਂ ਵੱਲ ਨੂੰ ਦੇਖੋ। ਉਹੀ ਤਾਂ ਗੱਲ ਹੈ, ਜਦੇ ਛੋਟੇ ਛੋਟੇ ਠੰਡੇ ਬੁਰਜੇ 'ਚ ਰਹੇ, ਗੁਰੂਆਂ ਨੇ ਆਪਣੇ ਵਾਸਤੇ ਕਿੰਨੇ ਕੁਰਬਾਨੀਆਂ ਦਿੱਤੀਆਂ, ਕਿੰਨੇ ਵਧੀਆ ਕੰਮ ਕਰੇ ਹੈ, ਅਤੇ ਆਪਣੇ ਬੱਚਿਆਂ ਮੈਨੂੰ ਵੀ ਦੇਖ ਲਓ। ਹਾਂਜੀ ਹਾਂਜੀ, ਉਹੀ ਤਾਂ ਮੈਂ ਕਹਿੰਦੀ ਹਾਂ ਵੀ ਉਹ ਵੀ ਮਾਤਾ ਗੁਜਰੀ ਸੀ ਜਿਹੜੀ ਨਿੱਕੇ ਨਿੱਕੇ ਬੱਚਿਆਂ ਨੂੰ ਆਪਦੇ ਲੈ ਕੇ ਠੰਡੇ ਬੁਰਜ 'ਚ ਆਪਦੇ ਅੱਖੀ ਉਹਨੇ ਕੰਧਾਂ 'ਚ ਚਿਣੇ ਵੇਖੇ, ਅਤੇ ਹੁਣ ਦੀਆਂ ਮਾਵਾਂ ਮਾੜੀ ਜਿਹੀ ਸੱਟ ਵੱਜ ਜਾਂਦੀਆਂ, ਦੇਖ ਕਿਵੇਂ ਬਿਲਕਦੀਆਂ, ਮੇਰੇ ਪੁੱਤ ਦੇ ਆਹ ਹੋ ਗਿਆ ਆਹ ਹੋ ਗਿਆ। ਆਪਣੇ ਘਰਾਂ 'ਚ ਦੇਖੋ ਜੀ, ਕੋਈ ਮੁੰਡਾ ਪੱਗ ਨਹੀਂ ਬੰਨਦਾ, ਕੋਈ ਕੇਸ ਨਹੀਂ ਰੱਖਦਾ, ਇਹਦੇ ਵਿੱਚ ਬੁੜੀਆਂ ਦਾ ਵੀ ਕਸੂਰ ਹੈ। ਹਾਂਜੀ ਹਾਂਜੀ, ਅੱਗੇ ਤਾਂ ਮਾਈਆਂ ਜਦੋਂ ਰੋਟੀ ਪਾਣੀ ਬਣਾਉਂਦੀਆਂ ਪਾਠ ਕਰਦੀਆਂ, ਅਤੇ ਹੁਣ ਕੀ ਕਰਦੀਆਂ ਨੇ, ਹੁਣ ਆਹ ਮੋਬਾਈਲ ਲਾ ਕੇ ਰੱਖ ਲੈਂਦੀਆਂ ਮੂਹਰੇ, ਆਹ ਕੰਮ ਹੈ ਹੁਣ। ਇਹ ਤਾਂ ਗੱਲ ਠੀਕ ਹੈ ਜੀ, ਆਪਣੇ ਵੇਲੇ ਕੁਛ ਹੋਰ ਸੀ, ਹੁਣ ਹੋਰ ਹੈ, ਅੱਗੇ ਕੁਛ ਹੋਰ ਆਉਣਗੇ, ਅੱਗੇ ਵੇਖੇ ਤਾਂ ਸਹੀ ਕੀ ਜਵਾਨਾ। ਸਤਿ ਸ਼੍ਰੀ ਅਕਾਲ ਮਾਮਾ, ਕੀ ਗੱਲ ਪੁੱਤ, ਚੱਲਿਆ ਬਸ ਪਿੰਡ ਫਿਰ ਮੈਂ। ਲੈ ਹੈ ਲੈ ਕਮਲਾ, ਦੋ ਚਾਰ ਦਿਨ ਹੋਰ ਰਹਿ ਪਾਉਂਦਾ। ਬਸ ਮਾਮੀ, ਹੁਣ ਤਾਂ ਫਿਰ ਆਸ਼ੂ ਵੀ ਨਹੀਂ ਹੈਗਾ, ਜੀ ਜਾਈ ਲੱਗਦਾ। ਭਾਣ ਜੇ ਗੱਲ ਸੁਣ, ਤੂੰ ਸਾਡੀ ਸੋਧਾ ਖਰਾ ਕੇ ਹੁਣ ਕੋਈ ਖੀਰ ਕੜਾ ਪ੍ਰਸ਼ਾਦ ਇਹੋ ਜਿਹੀਆਂ ਚੀਜ਼ਾਂ ਛੱਕ ਕੇ ਜਾ, ਤੇਰੀ ਮਾਮੀ ਕੋਲ ਰਹਿ। ਨਾ ਨਾ ਕੋਈ ਨਾ, ਹੁਣ ਤਾਂ ਤੁਹਾਡੀ ਵਾਰੀ ਆ, ਤੁਸੀਂ ਆਇਓ ਮੇਰੇ ਕੋਲੇ, ਅਸੀਂ ਤਾਂ ਚੱਲ ਆਵਾਂਗੇ ਸਿਰਾ। ਪੁੱਤ ਆਰਸ਼ੂ ਦਾ ਤਾਂ ਤੈਨੂੰ ਪਤਾ ਹੀ ਹੈ, ਆਪਦੇ ਹੁਣ ਨੌਕਰੀ ਪਿੱਛੇ ਫਿਰਦਾ ਉਹ। ਕੋਈ ਨਾ ਪੁੱਤ, ਜ਼ਰੂਰ ਆਵਾਂਗੇ, ਲੈ ਪੈਸੇ ਦੇ, ਮੈਂ ਮੇਰੇ ਦੋ ਤਿੰਨ ਦੇਵਾਂ। ਲੈ ਪੁੱਤ, ਨਾ ਨਾ ਮੰਮੀ, ਬਸ ਇਹਦੀ ਵੀ ਲੋੜ ਨਹੀਂ, ਇਹਦੀ ਲੋੜ ਨਹੀਂ, ਅਸੀਂ ਸਾਡਾ ਫਰਜ਼ ਬਣਦਾ ਤੈਨੂੰ ਸਾਗਨ ਦੇਈਏ। ਨਾ ਨਾ, ਬਸ ਸਾਗਨ ਦੀ ਭੈਣ ਦਾ ਆਕੜ ਕੇ ਭੱਜ ਗਈ ਦਵਾਦਾ, ਤੈਨੂੰ ਤਾਂ ਸਾਗਨ ਦੇ ਦਈਏ। ਚੰਗਾ ਸੀ, ਤੇ ਗੇੜਾ ਮਾਰਦਾ ਰਹੀ ਪੁੱਤ। ਹਾਂ ਹਾਂ, ਕੋਈ ਨਾ, ਮੈਂ ਆਉਂਗਾ, ਤੁਸੀਂ ਆਇਓ ਹੁਣ ਉੱਥੇ ਮੇਰੇ ਕੋਲ, ਆਵਾਂਗੇ ਤੇ ਨਾਲ ਤੇਰੀ ਮਾਂ ਨੂੰ ਵੀ ਲਿਆਈ ਹੁਣ ਦੁਬਾਰੇ। ਹਾਂ ਕੋਈ ਨਾ, ਉਹਨੂੰ ਮਿਲ ਗਊ, ਮੈਂ ਕਿੱਥੇ ਲੈ ਗਊ, ਫੇਰ ਉਹਨੇ ਲੜ ਲੈਣਾ। ਕੋਈ ਨਾ ਪੁੱਤ, ਉਹ ਤਾਂ ਕਮਲੀ ਜਿਹੇ ਜੀ ਹੈਗੀ ਹੈਗੀ ਹੈ, ਤੂੰ ਉਹਨੂੰ ਨਾਲ ਲਿਆਈ। ਨਾ ਕੋਈ ਨਾ, ਚੱਲ ਤੂੰ ਜਾ ਕੇ ਨਾ ਫੋਨ ਤੇ ਸਾਡੇ ਨਾਲ ਗੱਲ ਕਰਾ ਦੀ, ਫਿਰ ਅਸੀਂ ਉਸੇ ਨੂੰ ਕਹਾਂਗੇ ਵੀ ਹੁਣ ਤੂੰ ਮਿਲ ਕੇ ਜਾ ਸਾਨੂੰ। ਹਾਂ ਠੀਕ ਹੈ ਨਾ, ਚੰਗਾ ਪੁੱਤ, ਧਿਆਨ ਨਾਲ ਜਾਈ। ਮੁੰਡਾ ਤਾਂ ਬਥੇਰਾ ਨਰਮ ਹੈ ਜਵਾਕ। ਉਹ ਨਰਮ ਤਾਂ ਇੱਥੇ ਤਾਂ ਸੀ, ਜਾ ਕੇ ਉੱਥੇ ਖੰਡਾਹੀ ਹੋ ਗਈ, ਪਤਾ ਨਹੀਂ ਕੀ ਬਣ ਗਿਆ ਉੱਥੇ ਜਾ ਕੇ, 100 ਘਰਾਂ ਦੇ ਵਿੱਚ ਕਬੀਲਦਾਰੀ ਨਹੀਂ। ਨਰਮ ਸੀ, ਮੈਂ ਤਾਂ ਜਿੱਦਣ ਦੀ ਆਈਆਂ ਉਹਨੂੰ ਆਈ ਦੇਖਦੀ ਸੀ। ਤੁਸੀਂ ਤਾਂ ਬਾਹਲਾ, ਫਿਰ ਉਹੀ ਗੱਲ, ਕਾਹਨੂੰ ਆਪਾਂ ਹੁਣ ਲੜ ਪਾਂਗੇ, ਬਸ ਉਹ ਗੱਲ ਤੇ ਨਾ ਜਾਓ, ਛੱਡ ਦਈਏ ਨਾ। ਹਾਂ ਉਹ ਛੱਡ ਦਈਏ, ਹੁਣ ਆਪਣੀ ਗੱਲ ਤੇ ਆਓ। ਹਾਂ ਵੀ ਆਪਣੇ ਘਰ ਦਾ ਕੀ ਬਣੂ ਤੇ ਕੀ ਕਰੀਏ, ਚੱਲ ਆਪਣਾ ਜਵਾਕ ਕੋਈ ਵਧੀਆ ਉਹ ਹੋ ਜੇ, ਠੀਕ ਹੈ, ਤੁਸੀਂ ਤੰਦਰੁਸਤ ਰਹੋ। ਸਾਰੀ ਕਹਾਣੀ ਠੀਕ ਹੈ, ਤੰਦਰੁਸਤ ਹਾਂ ਮੈਂ ਤਾਂ ਹੁਣ। ਹੁਣ ਮੇਰਾ ਤਾਂ ਇੱਕ ਧਿਆਨ ਰੱਖੀ ਵੀ ਜੇ ਮੈਂ ਬੋਲਦਾ ਹੋਵਾਂ ਨਾ ਤੇ ਤੂੰ ਚੁੱਪ ਕਰ ਜਾ ਕਰ।
ठीक है, मैं तो कहनू बोलदी हां, बस कदे कदे हो जांदा है। चलो आए हुण परिवार च तां हो ही जांदा जी इहो जी गल बात ना, है ना। चलो कोई ना, कहंदे हुंदे जिथे दो भांडे हुंदे उत्थे ही खड़कदे आ। कई बार ना फिर चिब पैण वाली गल हो जाती है, वह औखी हो जाती है, है ना। ना जी, कानू किसी के परिवार से परमात्मा चिब पावे बस दी घर सोहने लगते हैं। जिन्होंने धीया औखियाँ उन्होंने पुछ के देखो किन्ने दुख होंगे है। जी धी दुखी है ना जी, वो तो कोल औखिया ने, धी का दुख इन्ना है। हाँ जी, अच्छा ना तो यह आप कोई फैसला ऐ कर सकते हैं, जो कोई मार कुट करते हैं तो भी आपके घर पट्टे जी, हथ बन्न गाह नहीं जानता, जाके फोन फोन करा दू भैन नाल गलबात कर लेंगे, गुस्से जी होके गई थी कह देंगे भाई असीं आवांगे तेरे कोल, पहला तू बाद च गेड़ा मार दी साडे कोल। रब्बा मेरे तो किड्डा वड्डा पाप होण लगा सी, मैनू लगदा मैनू लवप्रीत ने माफ नहीं किया, मेरी गलती कड़ा माफ करन योग है। मैं भी पता नहीं की सोचती रहनी हाँ, वह भी अपनिया धियां पुत्तां बारे, ना मैं अपनी धी का चंगा सोचा, ना नूह का सोचा, ते ना अपने घर वाले दा चंगा सोचिया। मेरा पुत मेरा किन्ने कहने विच सी, ओ मैनू हुण सियाणदा भी नहीं, हाय रब्बा की करां, मैं तां कल्ली रह गई, मैनू रात खा कोई, हाय रब्बा मैनू रात खा कोई, रब्बा मैनू रात खा कोई। की हो गया मां, तारी किवें रोई जन्नी है, मेरे तो बहुत वड्डी गलती हो गई तारी। ले तेनू कहता दिता सी ने भी तेनू माफ करता, तू सुधर गई, बस बहुत साडे वास्ते। मैं नहीं सुधरी तारी। की हो गया लवप्रीता, लवप्रीत की हो रहा, दस्ता दे रोई क्यों जानी है तारी, मेरी गलती है, माफी दे लायक नहीं हैगी। पागल हुई है, तेनू कहता भी असी तेनू माफ करता माफ करता माफ करता, हुण क्यों दिल ते गल लाई है तैं तारी, तुसी मैनू माफ उन्हां गलतियां लई कीता जो मैं कीतियां सी, पर जड़ी आज मैं गलती कीती है ना, माफी दे काबल नहीं। की करता है जाते हुण? मैं लवप्रीत नू कहा भी तेनू खंग होई आ, मैं उन्हू दुध च मिला के जहर देण लगी सी। की कही जानी है लवप्रीत ठीक है तारी, लवप्रीत किथे है, लवप्रीत ठीक है, वो हैगी किथे है, इत्थे ही है, मैं दसती हां। जद लवप्रीत ने मैनू कहा बे मां तू मैनू इन्ने प्यार नाल दुध पिआउण लगी है, मैं तो तेरे हथों जहर भी पी लूंगी, तो जदों जहर पीण लगी फिर पता नहीं मेरे की मन मेर पै गई, मैं दुध उडलाता हथ मार के, आ देख गिलास पिया ना जड़ा, आ दुध मैं डलाता सी, मैं उन्हूं जहर नहीं देना चाहती सी, मेरे दिमाग नूं पता नहीं की हो गया, मेरे पता नहीं की दिमाग नू हो गया, मैं अपनी धी नू जहर देन लगी सी, मेरी धी ने जदों जहर पीण लगी मेरी उहदी इक गल ने अखां खोलतियां, मेरियां अखां खोलतियां। मां तू तां डैण है डैण, जिहदे ते जी चाह के भी असीं विश्वास नहीं कर सकदे। लवप्रीत कित्थे तू इह दस, लवप्रीत अंदर ही आ, उदो दी अंदर बढ़ के बैठी है, बैठू नहीं ता होर की करूं, मेरे दिल च कोई पाप नहीं तारी, बस लवप्रीत ने साडे तो उपर दी हो के तेनू बैठ चो बारे कट के लई भी ना, मेनू धी कह
ਮੇਰੀ ਮਾਂ ਨੇ ਮੈਨੂੰ ਧੀ ਕਹਿ ਕਿਵੇਂ ਪਾਪਣੀ ਲੱਗਦੇ ਦੀ ਧਰਤੀ ਤੇ ਵੀ ਸ਼ਾਇਦ ਇਹ ਘਰ ਚ ਹੁਣ ਸਾਰਾ ਕੁਛ ਵਾਪਸ ਹੋ ਜੂਗਾ ਦੁਬਾਰੇ ਸੁਧਰ ਜੂ ਸਾਰਾ ਕੁਛ ਤਾਰੀ ਮੈਂ ਤਾਂ ਮਾਫ਼ੀ ਵੀ ਨਹੀਂ ਮੰਗਣ ਜੋਗੀ ਤੁਹਾਡੇ ਤੋਂ ਮੈਂ ਤੁਹਾਡੇ ਨਾਲ ਵਿਸ਼ਵਾਸਘਾਤ ਕੀਤਾ ਮਾਫ਼ੀ ਮੰਗੀ ਵੀ ਨਾ ਮਾਂ ਮੈਂ ਰਿਸ਼ਤਿਆਂ ਦਾ ਵਿਸ਼ਵਾਸਘਾਤ ਕੀਤਾ ਮੈਂ ਰਿਸ਼ਤਿਆਂ ਨੂੰ ਤਾਰ ਤਾਰ ਕਰਕੇ ਰੱਖਤਾ ਪਰ ਮੇਰੇ ਦਿਲ ਚ ਇੱਦਾਂ ਦਾ ਕੁਛ ਨਹੀਂ ਹੈ ਮੈਂ ਲਵਪ੍ਰੀਤ ਨੂੰ ਮਾਰਨਾ ਨਹੀਂ ਚਾਹੁੰਦੀ ਮੈਨੂੰ ਮਾਫ਼ ਕਰ ਦਿਓ ਤਾਰੀ ਮੇਰੇ ਤੋਂ ਮਾਫ਼ੀ ਨਾ ਮੰਗ ਮੰਗਣੀ ਹੈ ਨਾ ਮੇਰੇ ਤੋਂ ਇੱਕ ਚੀਜ਼ ਮੰਗ ਵੀ ਮੈਂ ਤੈਨੂੰ ਅੱਗੇ ਤੋਂ ਦੇਖਾਂ ਨਾ ਤੂੰ ਇਹ ਸਮਝ ਤੇਰੇ ਵਾਸਤੇ ਤੇਰਾ ਪੁੱਤ ਮਰ ਗਿਆ ਮੈਂ ਤੇਰੇ ਤੇ ਇੱਕ ਬਿੰਦ ਦਾ ਵਿਸਾ ਨਹੀਂ ਕਰ ਸਕਦਾ ਤੇਰਾ ਤੂੰ ਬਗਾਨੀ ਨੂੰ ਮਿੰਟ ਮਾਰਿਆ ਜ਼ਹਿਰ ਪਾਉਣ ਨੂੰ ਉਹ ਮੈਂ ਤੇਰੇ ਹੱਥੋਂ ਕਿਵੇਂ ਕੁਛ ਫੜ ਕੇ ਖਾ ਲੂੰਗਾ ਨਹੀਂ ਹੈ ਨਹੀਂ ਤਾਰੀ ਕੀ ਨਹੀਂ ਤਾਰੀ ਕੀ ਨਹੀਂ ਤਾਰੀ ਉਹ ਜਿਹਨੇ ਤੈਨੂੰ ਆਪਦੇ ਹੱਥਾਂ ਤੇ ਚੱਕ ਚੱਕ ਰੱਖਿਆ ਤੇਰੀ ਮੜੀ ਮੜੀ ਗੱਲ ਮੰਨੀ ਉਹਨੇ ਤੂੰ ਉਹਨੂੰ ਜ਼ਹਿਰ ਪਾਉਣ ਤੁਰ ਪਈ ਮੈਂ ਜ਼ਹਿਰ ਡਲਾਤਾ ਡਲਾਉਣ ਦਾ ਕੀ ਫਾਇਦਾ ਜਿਹੜਾ ਇੱਥੇ ਵੜ ਗਿਆ ਉਹਦਾ ਕੀ ਕਰੇਗੀ ਤਾਰੀ ਮੈਨੂੰ ਪਤਾ ਤੁਹਾਡੇ ਦਿਮਾਗ 'ਚ ਜਿਹੜਾ ਵਹਿਮ ਵੜ ਗਿਆ ਉਹ ਨਿਕਲਣਾ ਨਹੀਂ ਮੈਂ ਮਾਫ਼ੀ ਦੇ ਕਾਬਿਲ ਨਹੀਂ ਹੈਗੀ ਪਰ ਮੈਨੂੰ ਪੁੱਤ ਬਸ ਜੇ ਆਪਣੇ ਦਿਲ 'ਚ ਨਹੀਂ ਨਾ ਜਗ੍ਹਾ ਦੇਣੀ ਤਾਂ ਬਸ ਇੱਕ ਘਰ ਵਿੱਚ ਜਗ੍ਹਾ ਦੇ ਦਿਓ ਮੈਂ ਕਦੇ ਕੁਛ ਕਿਸੇ ਨੂੰ ਨਹੀਂ ਕਹਿੰਦੀ ਮੈਨੂੰ ਮਾਫ਼ ਕਰ ਦਿਓ ਮੈਂ ਜਿਹੜੀ ਗਲਤੀ ਕੀਤੀ ਹੈ ਨਾ ਮੈਨੂੰ ਉਹਦਾ ਬਹੁਤ ਪਛਤਾਵਾ ਤਾਰੀ 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 ਪੁੱਤ ਤੂੰ ਸਮਝ ਰਿਹਾ ਨਾ ਮੈਂ ਜੋ ਕੁਛ ਕਹਿ ਰਹੀ ਹਾਂ ਮਾਂ ਮੈਨੂੰ ਹੱਥ ਨਾ ਲਾ ਤੂੰ ਸਮਝ ਗਿਆ ਮੈਂ ਸਾਰਾ ਕੁਛ ਹੀ ਸਮਝ ਗਿਆ ਉਹ ਤੂੰ ਜਮਾਂ ਨਹੀਂ ਸੁਧਰ ਸਕਦੀ ਜਮਾਂ ਵੀ ਤੇਰੇ ਚਾਹੇ ਪੈਰ ਧੋ ਕੇ ਪੀ ਲਈਏ ਅਸੀਂ ਚਾਹੇ ਲਾਪੀ ਧੋ ਕੇ ਪੀ ਲਏ ਚਾਹੇ ਮੈਂ ਧੋ ਕੇ ਪੀ ਲਏ ਤੇਰੇ ਮੂਹਰੇ ਨਾ ਕੁੱਤਿਆਂ ਵਾਂਗੂ ਫਿਰੀ ਅਸੀਂ ਤੂੰ ਤਾਂ ਵੀ ਨਹੀਂ ਸੁਧਰ ਸਕਦੀ ਇਹ ਸਮਝ ਗਿਆ ਮੈਂ ਜਿਹੜੀ ਤੂੰ ਘਰ 'ਚ ਜਗ੍ਹਾ ਮੰਗਦੀ ਹੈ ਨਾ ਇਹ ਤਾਂ ਘਰ ਤੇਰਾ ਹੀ ਹੈ ਅਸੀਂ ਨਿਕਲ ਜਾਂਦੇ ਹਾਂ ਨਹੀਂ ਨਹੀਂ ਮੈਨੂੰ ਇਕੱਲੀ ਨੂੰ ਨਾ ਛੱਡ ਕੇ ਜਾਇਓ ਕਿਉਂ ਨਾ ਛੱਡ ਕੇ ਜਾਈਏ ਕਿਉਂ ਨਾ ਛੱਡ ਕੇ ਜਾਈਏ ਖੜ ਅਸੀਂ ਨਹੀਂ ਸਕਦੇ ਸੌਂ ਅਸੀਂ ਨਹੀਂ ਸਕਦੇ ਇਹ ਨਹੀਂ ਪਤਾ ਕਦੋਂ ਪੈ ਆਉਂਦਾ ਤੂੰ ਗਲ ਘੁੱਟ ਕੇ ਮਾਰ ਦੇ ਨਹੀਂ ਮੈਂ ਮੇਰਾ ਨਾ ਦਿਮਾਗ ਫਿਰ ਗਿਆ ਦਿਮਾਗ ਤੇਰਾ ਮੈਂ ਇੰਨੀ ਨਿਰਦਈ ਨਹੀਂ ਹੈਗੀ ਤਾਰੀ ਮੈਨੂੰ ਮਾਫ਼ ਕਰ ਦੇ ਆਪਣੇ ਪਿਓ ਨੂੰ ਨਾ ਦੱਸੀ ਕਿਉਂ ਨਾ ਦੱਸਾਂ ਪਿਓ ਨੂੰ ਛੱਡ ਸਾਰੇ ਪਿੰਡ 'ਚ ਦੱਸੂ ਮੈਂ ਸਾਰੇ ਪਿੰਡ 'ਚ ਵੀ ਇਹੋ ਜਿਹੀਆਂ ਹਰਕਤਾਂ ਕਰਦੀਆਂ ਇਹੋ ਜਿਹੀ ਸੋਚ ਦੀ ਮਾਲਕ ਹੈ ਤੂੰ ਜਿਹਨੇ ਆਪਦੀ ਲਾਪ੍ਰੀਤ ਦੇ ਸਾਡੇ ਵਾਸਤੇ ਤੂੰ ਮਰ ਗਈ ਹੁਣ ਵਗ ਜਾ ਕੱਲ ਨੂੰ ਵਗ ਜੀ ਨਹੀਂ ਅਸੀਂ ਵਗ ਜਾਂਗੇ ਮੈਨੂੰ ਮਾਫ਼ ਕਰ ਦੋ ਮੈਨੂੰ ਮਾਫ਼ ਕਰ ਦੋ ਮੈਂ ਪਾਗਲ ਹੋ ਜਾਣਾ ਨਹੀਂ ਤਾਂ ਪਾਗਲ ਹੋ ਜਾ ਪਰ ਜੇ ਮਾਫ਼ੀ ਮੰਗਣੀ ਹੈ ਨਾ ਉਹ ਤੋਂ ਮੰਗ ਜਿਹੜੀ ਹੁਣ ਤੱਕ ਤੇਰੇ ਅੱਗੇ ਪਿੱਛੇ ਫਿਰਦੀ ਰਹੀ ਹੈ ਹੁਣ ਤੱਕ ਤੇਰਾ ਚੰਗਾ ਹੀ ਸੋਚਦੀ ਰਹੀ ਉਹਨੇ ਕਦੇ ਮਾੜਾ ਨਹੀਂ ਸੋਚਿਆ ਆਪਦੇ ਘਰੇ ਨਹੀਂ ਪੈਰ ਪਾਇਆ ਉਹਨੇ ਤੇਥੋਂ ਅੱਕ ਕੇ ਤਾਂ ਘਰੇ ਗਈ ਉਰੇ ਵਾਪਸ ਆਈ ਹੈ ਤਾਂ ਸਾਡੇ ਕਹਿਣੇ ਤੇ ਚੱਲੀ ਹੈ ਤੇਰੇ ਕਹਿਣੇ ਤੇ ਚੱਲਦੀ ਰਹੀ ਹੈ ਸਾਡੇ ਤੋਂ ਉੱਪਰ ਬਾਰਾ ਹੋ ਕੇ ਤੈਨੂੰ ਕਮਰੇ 'ਚੋਂ ਕੱਢ ਕੇ ਲਈ ਆ ਉਹ ਤੋਂ ਮਾਫ਼ੀ ਮੰਗ ਜੇ ਮੰਗ ਸਕਦੀ ਹੈ ਲਾਪ੍ਰੀਤ ਰੱਬਾ ਮੈਨੂੰ ਮਾਫ਼ ਕਰ ਦੇ ਕਿਵੇਂ ਠੀਕ ਹੈ ਹੁਣ ਤੂੰ ਉਹ ਤੈਨੂੰ ਪੁੱਛਦਾ ਠੀਕ ਆ ਮੈਂ ਮੈਨੂੰ ਕਿਹੜਾ ਗੋਲੀ ਵੱਜੀ ਆ ਹੁਣ ਤਾਂ ਖੁਸ਼ ਹੋਏਗੀ ਹੁਣ ਤਾਂ ਖੁਸ਼ ਹੈ ਕਢਾ ਕੇ ਕਮਰੇ ਚੋਂ ਦੇਖ ਲਿਆ ਆਹੀ ਚੀਜ਼ ਨੂੰ ਬਿਲਕ ਦਿੱਤੀ ਤੁਹਾਨੂੰ ਕੀ ਲੱਗਿਆ ਵੀ ਮੰਮੀ ਨੂੰ ਬੈਠ ਕੇ ਜੋ ਵਿੱਚੋਂ ਬਾਹਰ ਕੱਢ ਕੇ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਬਹੁਤ ਵੱਡਾ ਫਾਇਦਾ ਹੋਇਆ ਪਤਾ ਲੱਗ ਗਿਆ ਮੈਨੂੰ ਮੰਮੀ ਦੇ ਬਾਰੇ ਹੁਣ ਵੀ ਕਿੰਨਾ ਕੁ ਪਾਣੀ 'ਚ ਨੇ ਉਹ ਪਰਖ ਜ਼ਰੂਰੀ ਹੁੰਦੀ ਹੈ ਇਨਸਾਨ ਦੀ ਕਰਨੀ ਬਿਲਕ ਦੇ ਕਾਹਤੋਂ ਦੀ ਤਿਰਨ ਵਾਲਾ ਤੈਨੂੰ ਹੁਣ ਪਰਖ ਹੋਈ ਆ ਸਾਨੂੰ ਤਾਂ ਕਦੋਂ ਦੀ ਹੋਈ ਹੈ ਤਾਰੀ ਇਹ ਸਭ ਤਾਂ ਹੋਣਾ ਹੀ ਹੋਣਾ ਸੀ ਅੱਜ ਨਹੀਂ ਤਾਂ ਕੱਲ੍ਹ ਉਹਨਾਂ ਦੀ ਸਕੀਮ ਤਾਂ ਮੈਨੂੰ ਮਾਰਨ ਦੀ ਹੈ ਨਾ ਅੱਜ ਨਹੀਂ ਮਰੀ ਕਦੇ ਫੇਰ ਸਹੀ ਅੱਜ ਨਹੀਂ ਤਾਂ ਮਰੀ ਕਦੇ ਫੇਰ ਸਹੀ ਉਹ ਮੇਰਾ ਕੀ ਬਣਦਾ ਜੇ ਤੈਨੂੰ ਕੁਛ ਹੋ ਜਾਂਦਾ ਤਾਂ ਹੀ ਕਹਿੰਦਾ ਸੀ ਤੈਨੂੰ ਮੈਂ ਵੀ ਨਾ ਕੱਢ ਮਾਣ ਉਹ ਕਮਰੇ 'ਚੋਂ ਨਾ ਕੱਢ ਮਸਾਂ ਟਿਕ ਆਈ ਹੈ ਉਹ ਮਰੀ ਤਾਂ ਨਹੀਂ ਨਾ ਹੈਗੀ ਤਾਂ ਜਿਉਂਦੀ ਹੀ ਹਾਂ ਮੈਂ ਨਾਲੇ ਵੈਸੇ ਵੀ ਹਰੇਕ ਇਨਸਾਨ ਦੀ ਪਰਖ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਕਿ ਅਗਲੀ ਵਾਰ ਵਾਸਤੇ ਪਤਾ ਲੱਗ ਸਕੇ ਵੀ ਬੰਦਾ ਹੈਗਾ ਕਿੰਨੇ ਕੁ ਪਾਣੀ 'ਚ ਹੈ ਬਸ ਮੈਂ ਵੀ ਉਹੀ ਕੀਤਾ ਹੁਣ ਕੰਨਾਂ ਨੂੰ ਹੱਥ ਤਾਂ ਲੱਗ ਗਏ ਪਤਾ ਤਾਂ ਲੱਗ ਗਿਆ ਮੈਨੂੰ ਵੀ ਕਿੰਨੇ ਕੁ ਯੋਗ ਹੈ ਤੁਹਾਡੀ ਮਾਂ
ਲਵਪ੍ਰੀਤ ਜੇ ਸਾਰਾ ਕੁਝ ਸੱਚ ਹੋ ਜਾਂਦਾ ਤੂੰ ਇਹ ਸੋਚ ਫੇਰ ਕੀ ਬਣਦਾ? ਬਾਕੀ ਮੇਰੀ ਗੱਲ ਸੁਣ ਲਾ, ਆਹ ਮਾਂ ਦਾ ਨਾ ਬਿੰਦ ਦਾ ਭਰੋਸਾ ਨਹੀਂ। ਜੇ ਉਹਨੇ ਹੁਣ ਤੇਰੇ ਤੋਂ ਜ਼ਹਿਰ ਡਲਵਾ ਤਾ, ਇਹ ਕੱਲ ਨੂੰ ਦੁਬਾਰੇ ਵੀ ਦੇ ਸਕਦੀ ਹੈ, ਪਈ ਦੀ ਗਰਦਨ ਵੀ ਘੋੜ ਸਕਦੀ ਹੈ। ਤੂੰ ਇਸ ਘਰੇ ਸੇਫ ਨਹੀਂ ਹੈਗੀ, ਤੈਨੂੰ ਮੈਂ ਦੱਸਾਂ ਹੁਣ। ਜੇ ਮੈਂ ਇਸ ਘਰ ਦੇ ਵਿੱਚ ਸੇਫ ਨਹੀਂ ਹੈਗੀ ਫਿਰ ਤਾਂ ਮੈਨੂੰ ਪੇਕੇ ਵੀ ਨਹੀਂ ਤੁਸੀਂ ਜਾਣ ਦਿੰਦੇ, ਫਿਰ ਮਰਾਂ ਕਿੱਧਰ ਮੈਂ? ਮੈਂ ਕਹਿਤਾ ਮਾਂ ਨੂੰ, ਜਾਂ ਤਾਂ ਹੁਣ ਇੱਥੇ ਉਹ ਰਹੂਗੀ ਜਾਂ ਆਪਾਂ ਰਹਾਂਗੇ। ਥੋੜਾ ਦੂਜਾ ਵਿਆਹ ਜੋ ਕਿ ਤੁਹਾਡੀ ਮਾਂ ਹਮੇਸ਼ਾ ਚਾਹੁੰਦੀ ਆ। ਚੁੱਪ ਕਰ ਜਾ, ਮੈਂ ਤੈਨੂੰ ਇੱਕ ਗੱਲ ਦਾ, ਮੈਂ ਤੇਰੇ ਥਾਪੜਾ ਧਰ ਦੂ। ਲੱਗੀ ਆ ਭੌਂਕਣ ਉਰੇ, ਤੈਨੂੰ ਕਹਿੰਦਾ ਕੌਣ ਹੈ? ਅਸੀਂ ਕਹਿ, ਨਾਲੇ ਹੁਣ ਉਦਣ ਗੱਲ ਹੋਈ ਆ ਨਾ, ਤੂੰ ਪਿੰਡ ਜਾ ਸਕਦੀਆਂ ਆ ਸਕਦੀਆਂ, ਮਿਲ ਕੇ ਆ, ਰੋਕਦਾ ਕੌਣ ਹੈ ਤੈਨੂੰ ਹੁਣ? ਤਾਰੀ ਫਿਰ ਮੈਂ ਸਾਰੀ ਉਮਰ ਆਪਦੇ ਪਿੰਡ ਥੋੜੀ ਬੈਠੀ ਰਹੂੰਗੀ, ਫਿਰ ਤੇ ਮੈਂ ਇਹ ਸੋਚ ਲਾਂ ਵੀ ਆਪਦੇ ਸਹੁਰੇ ਪਰਿਵਾਰ 'ਚ ਮੈਂ ਸੇਫ ਨਹੀਂ ਹੈਗੀ। ਬੈਠਣ ਨੂੰ ਕੌਣ ਕਹਿੰਦਾ ਲਵਪ੍ਰੀਤ? ਮੈਂ ਤੈਨੂੰ ਇਹੀ ਗੱਲ ਕਹਿਣਾ ਵੀ ਮਾਂ ਨੂੰ ਕਹਿਤਾ ਜਾਂ ਤਾਂ ਉਰੇ ਉਹ ਰਹੂ ਜਾਂ ਆਪਾਂ ਰਹਾਂਗੇ। ਜੇ ਉਹਨੇ ਉਰੇ ਰਹਿਣਾ ਹੋਇਆ ਆਪਾਂ ਕਿਤੇ ਵਗ ਜਾਂਗੇ, ਆਪਾਂ ਸਾਰੇ ਇੱਥੇ ਹੀ ਰਹਾਂਗੇ ਤਾਰੀ, ਠੀਕ ਹੈ? ਇੱਕੋ ਹੀ ਫੈਮਿਲੀ 'ਚ ਰਹਾਂਗੇ। ਫਿਰ ਉਹਦੇ ਤੋਂ ਫੜ ਕੇ ਕੁਛ ਨਹੀਂ ਖਾਣਾ? ਤਾਂ ਨਹੀਂ ਖਾਂਦੀ, ਨਾ ਹੀ ਉਹਨੂੰ ਕੁਛ ਬਣਾ ਕੇ ਦੇਣ ਦੀ ਲੋੜ ਹੈ। ਆਪਦਾ ਕੁਛ ਮਰਜ਼ੀ ਪਕਾਵੇ ਖਾਵੇ, ਦੁਬਾਰੇ ਉਹ ਕਮਰੇ 'ਚ ਵਾੜ ਉਹਨੂੰ। ਨਹੀਂ ਮਾਮੇ ਨੂੰ ਬੁਲਾਉਣਾ ਪਊ, ਮੈਂ ਦੱਸੂ ਕਰਤੂਤਾਂ ਇਹਦੀਆਂ। ਫਿਰ ਕੋਈ ਲੋੜ ਨਹੀਂ ਹੈਗੀ ਕਮਰੇ 'ਚ ਵਾੜਨ ਦੀ, ਮੇਰੇ ਤੇ ਉਹਦੇ ਵਿੱਚ ਕੀ ਫਰਕ ਰਹਿ ਜੂਗਾ ਫਿਰ? ਹਾਂ ਤੂੰ ਹੀ ਕਰਾ ਮਿਹਨਤ ਉਹਦੀ। ਉਹ ਇੰਨਾ ਕੁਛ ਹੋ ਗਿਆ ਤੇਰੇ ਨਾਲ, ਹੁਣ ਤਾਂ ਸਮਝ ਜਾ, ਹੁਣ ਵੀ ਕਿਉਂ ਤੈਨੂੰ ਉਹਦੇ 'ਚ ਆਪਦੀ ਮਾਂ ਦੀਦੀ ਹੈ? ਉਹ ਡੈਣ ਹੈ, ਉਹ ਡੈਣ। ਮੇਰੀ ਗੱਲ ਸੁਣੋ, ਜੇ ਮੰਮੀ ਨੇ ਮੈਨੂੰ ਜ਼ਹਿਰ ਪਿਆਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਡਲਾਇਆ ਵੀ ਤਾਂ ਉਹਨੇ ਆਪ ਨਹੀਂ ਹੈ ਨਾ, ਕੁਛ ਨਾ ਕੁਛ ਤਾਂ ਉਹਦੇ ਮਨ ਦੇ ਵਿੱਚ ਆਇਆ ਹੀ ਹੈ। ਉਹਦੇ ਮਨ 'ਚ ਇਹੀ ਆਇਆ ਵੀ ਅੱਜ ਇਹਨੂੰ ਜਾਣ ਕੇ ਯਕੀਨ ਦਵਾ ਦਾਂ ਵੀ ਮੈਂ ਤੈਨੂੰ ਇਹੋ ਜਿਹਾ ਕੁਛ ਕਰ ਨਹੀਂ ਸਕਦੀ, ਕੱਲ ਨੂੰ ਆਪਦੇ ਹੱਥੀਂ ਤੇਰੀ ਗਰਦਨ ਘੋਟੂ ਉਹ। ਮੈਂ ਸਭ ਕੁਛ ਵੇਖ ਲਿਆ ਬਾਹਰ ਕੀ ਕੁਛ ਹੋਇਆ। ਜਿਹੜੇ ਸਾਹਿਬ ਨਾਲ ਮੰਮੀ ਰੋ ਰਹੇ ਸੀ ਨਾ, ਉਹਨਾਂ ਨੂੰ ਸੱਚੀ ਆਪਦੀ ਗਲਤੀ ਦਾ ਅਹਿਸਾਸ ਹੋ ਗਿਆ। ਤੇਰੇ ਵਰਗੀ ਬੁੱਝ ਦਿਮਾਗ ਵੀ ਨਾ ਹੋਵੇ ਕੋਈ, ਧਰਮ ਨਾਲ ਜਮੀ ਅਕਲ ਨਹੀਂ ਤੈਨੂੰ। ਉਹ ਡਰਾਮੇਬਾਜ਼ ਹੈ, ਡਰਾਮੇਬਾਜ਼। ਉਹ ਬਿੰਦ ਦਾ ਵਸਾ ਨਹੀਂ ਉਹਦਾ, ਬਿੰਦ ਦਾ ਵੀ। ਚੱਲ ਠੀਕ ਹੈ, ਤੁਸੀਂ ਦੱਸੋ ਫਿਰ ਮੈਂ ਕੀ ਕਰਾਂ? ਮੈਂ ਤੈਨੂੰ ਦੱਸਦਾ ਵੀ ਉਹ ਤੋਂ ਕੁਛ ਫੜ ਕੇ ਨਹੀਂ ਖਾਣਾ, ਨਾ ਉਹਨੂੰ ਬਣਾ ਕੇ ਦੇਣਾ, ਨਾ ਤਾਂ ਉਹਦੇ ਲਵੇ ਜਾਣਾ। ਚੰਗਾ ਨਹੀਂ ਜਾਂਦੀ? ਹਾਂ ਟਿੱਕ ਕੇ ਉਰੇ ਬੈਠ ਜਾ, ਨਹੀਂ 4 ਦਿਨ ਪੇਕੇ ਲਾਇਆ ਆਪਦੇ। ਮੈਂ ਨਹੀਂ ਜਾਂਦੀ, ਮੈਨੂੰ ਅਰਸ਼ੂ ਨੇ ਵਾਪਸ ਆਉਣ ਦੇਣਾ, ਪਹਿਲੀ ਨਹੀਂ ਪਤਾ ਉੱਥੇ ਕੀ ਬਣਿਆ ਹੋਣਾ, ਮੰਮੀ ਹੋਰ ਨਾਲ ਲੜਾਈ ਕੀਤੀ ਹੋਣੀ ਉਹਨੇ ਬੇਵਜ੍ਹਾ। ਮੈਂ ਕਰਦਾ ਬਾਪੂ ਨਾਲ ਗੱਲ, ਉਹਨੂੰ ਦੱਸਦਾ। ਹੁਣ ਤੁਸੀਂ ਬਾਪੂ ਕੋਲੇ ਨਾ ਗੱਲਾਂ ਪਹੁੰਚਾਓ, ਰਹਿਣ ਦਿਓ। ਕਿਉਂ ਨਾ ਪਹੁੰਚਾਵਾਂ ਯਾਰ, ਉਹਨੂੰ ਵੀ ਤਾਂ ਪਤਾ ਲੱਗਣਾ ਚਾਹੀਦਾ ਵੀ ਜਿਹੜੀ ਸੰਘੇੜ ਕੇ ਲਿਆਂਦੀ ਕੀ ਕੁਛ ਕਰਦੀ ਫਿਰਦੀ ਹੈ। ਚੰਗਾ ਪੈ ਜਾ ਹੁਣ ਉਰੇ ਬੈਠੀ, ਝਾਕੀ ਜਾਂਦੀ ਹੈ ਤੂੰ।